सत श्री अकाल जी, मैं प्रदीप धीमान ते तुसी देख रहे हो वॉइस ऑफ पंजाब टीवी। वड्डी खबर यूपी दे सहारनपुर तो आ रही है, जिथे के नवजोत सिंह सिद्धू अते पार्टी वर्करा अते जो पुलिस है उसके विचकार जबरदस्त झड़प देखने मिली है। तुहानू दस दिए कि इस तो इलावा नवजोत सिंह सिद्धू समेत कई पार्टी आगुआ नू पुलिस ने डिटेन कर दिता है, पुलिस ने हिरासत दे विच ले लिया है। सो तस्वीरां तुहानू दिखा रहे हैं कि किस प्रकार जो है नवजोत सिंह सिद्धू राजा वड़िंग भी उन्होंने शामिल ने जिन्होंने डिटेन किया गया। इस तो इलावा प्रगट सिंह, कुलजीत नागरा, इस तो इलावा गुरकीरत सिंह कोटली, विजेंद्र सिंगला अते मदन लाल जलालपुर, इन्हों सारे नेतावान पुलिस वालों हिरासत दे विच ले लिया गया है। दस दिए कि यूपी के सहारनपुर तो यह पूरी अपडेट आई है, ते बड़ी अपडेट आई है कि नवजोत सिंह सिद्धू नू कर लिया गया है गिरफ्तार। तस्वीरां तुहानू दिखा रहे हैं पूरी झड़प दीआं कि किन्ना हालातों दे विच नवजोत सिंह सिद्धू अते उन्हां दे जो साथी विधायक ने उन्हां दी गिरफ्तारी हुई है। किसान मजदूर एकता, किसान मजदूर
बता देंगे तुझे आसमां, हम वहीं से क्या बताएं, क्या हारे दिल में है। इंकलाब किसान मजदूर एकता, साडी पछाण दस्तान किसान मजदूर एकता, कातल सरकार मुर्दाबाद, कातल सरकार मुर्दाबाद, अहंकारी सरकार मुर्दाबाद, अहंकारी सरकार मुर्दाबाद, कातल सरकार मुर्दाबाद। किसान मजदूर एकता, किसान मजदूर एकता, आने पे बता देंगे तुझे आसमां, हम वहीं से क्या बताएं, क्या हारे दिल में है। किसान मजदूर एकता, साडी पछाण दस्तान किसान मजदूर एकता, कातल सरकार मुर्दाबाद, कातल सरकार मुर्दाबाद, अहंकारी सरकार मुर्दाबाद, अहंकारी सरकार मुर्दाबाद, कातल सरकार मुर्दाबाद। किसान मजदूर एकता, किसान मजदूर एकता, आगे बढ़ा, हम कंट्रोल करके ले जाएंगे। अरे आगे बढ़ाओ, अरे आगे ਤੁਸੀਂ ਤਸਵੀਰਾਂ ਦੇਖੀਆਂ ਹਰੀਸ਼ ਰਾਵਤ ਦੀਆਂ ਵੀ, ਉਹਨਾਂ ਨੂੰ ਯੂਪੀ ਦੇ ਵਿੱਚ ਐਂਟਰੀ ਤੋਂ ਰੋਕਿਆ ਗਿਆ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਸਾਥੀ ਵਿਧਾਇਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਡਿਟੇਨ ਕਰ ਲਿਆ ਗਿਆ ਹੈ ਪੁਲਿਸ ਵੱਲੋਂ। ਤੇ ਤਸਵੀਰਾਂ ਤੁਸੀਂ ਦੇਖੀਆਂ ਕਿ ਜਦੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਬੱਸ ਦੇ ਵਿੱਚ ਬਿਠਾ ਦਿੱਤਾ ਗਿਆ, ਇਹਨਾਂ ਮੰਤਰੀਆਂ ਦੇ ਵਿੱਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਕੁਲਜੀਤ ਨਾਗਰਾ, ਵਿਜੇਂਦਰ ਸਿੰਗਲਾ, ਇਸ ਤੋਂ ਇਲਾਵਾ ਪ੍ਰਗਟ ਸਿੰਘ ਅਤੇ ਗੁਰਕੀਰਤ ਕੋਟਲੀ ਅਤੇ ਮਦਨ ਲਾਲ ਜਲਾਲਪੁਰ ਸਮੇਤ ਹੋਰ ਕਈ ਵਿਧਾਇਕ ਵੀ ਸ਼ਾਮਲ ਸਨ। ਸੋ ਸਿੱਧੂ ਦੇ ਕਾਫਿਲੇ ਨੂੰ ਜੋ ਹੈ ਲਖੀਮਪੁਰ ਖੇਰੀ ਜਾਣ ਤੋਂ ਰੋਕਿਆ ਗਿਆ ਸੀ, ਜਿਸ ਦੇ ਕਰਕੇ ਟਕਰਾਅ ਦੀ ਸਥਿਤੀ ਬਣੀ। ਤੇ ਨਵਜੋਤ ਸਿੰਘ ਸਿੱਧੂ ਨੇ ਕਹਿ ਦਿੱਤਾ ਕਿ ਪਹਿਲਾਂ ਜੋ ਹੈ ਤੁਸੀਂ ਜੋ ਕੇਂਦਰੀ ਗ੍ਰਹਿ ਮੰਤਰੀ ਹੈ ਉਸਦੇ ਪੁੱਤਰ ਨੂੰ ਸਜ਼ਾ ਦਵਾਓ, ਉਸਨੂੰ ਗ੍ਰਿਫਤਾਰ ਕਰੋ, ਅਸੀਂ ਫਿਰ ਜਾਵਾਂਗੇ। ਜਿਸ ਤੋਂ ਬਾਅਦ ਬਹਿਸ ਵੱਧਦੀ ਗਈ ਅਤੇ ਫਿਰ ਹਾਲਾਤ ਇੰਨੇ ਜ਼ਿਆਦਾ ਗੰਭੀਰ ਹੋ ਗਏ ਕਿ ਬੈਰੀਕੇਟਿੰਗ ਤੱਕ ਤੋੜ ਦਿੱਤੀ ਗਈ। ਬਹੁਤ ਹੀ ਵੱਡੇ ਪੱਧਰ ਦੇ ਵਿੱਚ ਕਾਂਗਰਸੀ ਵਰਕਰ ਉੱਥੇ ਪਹੁੰਚੇ ਹੋਏ ਸਨ ਅਤੇ ਹਾਲਾਤ ਬਹੁਤ ਹੀ ਜ਼ਿਆਦਾ ਗੰਭੀਰ ਹੋ ਗਏ, ਜਿਸ ਤੋਂ ਬਾਅਦ ਗ੍ਰਿਫਤਾਰੀਆਂ ਹੋਈਆਂ ਨੇ। ਸੋ ਪੂਰੇ ਤੌਰ 'ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੱਗੇ ਉਹਨਾਂ ਨੂੰ ਕਿੱਥੇ ਲੈ ਕੇ ਜਾਂਦੇ ਨੇ, ਕਦੋਂ ਗ੍ਰਿਫਤਾਰੀ ਹੁੰਦੀ ਹੈ? ਨਵਜੋਤ ਸਿੰਘ ਸਿੱਧੂ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਜੇਕਰ ਸਜ਼ਾ ਨਹੀਂ ਹੁੰਦੀ, ਜੋ ਮੁਲਜ਼ਮ ਹੈ ਉਸਨੂੰ ਨਹੀਂ ਫੜਿਆ ਜਾਂਦਾ, ਜਦੋਂ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਮੈਂ ਜੋ ਭੁੱਖ ਹੜਤਾਲ ਕਰਾਂਗਾ। ਹੁਣ ਦੇਖਣਾ ਇਹ ਹੋਵੇਗਾ, ਉਹਨਾਂ ਨੇ ਕਿਹਾ ਸੀ ਕਿ ਜਿੱਥੇ ਮੈਨੂੰ ਰੋਕਿਆ ਜਾਊਗਾ ਮੈਂ ਉੱਥੇ ਭੁੱਖ ਹੜਤਾਲ ਕਰਾਂਗਾ। ਸੋ ਇਸ ਨੂੰ ਭੁੱਖ ਹੜਤਾਲ ਦੀ ਸ਼ੁਰੂਆਤ ਵੀ ਮੰਨਿਆ ਜਾ ਸਕਦਾ ਹੈ। ਪਰ ਨਵਜੋਤ ਸਿੰਘ ਸਿੱਧੂ ਹੁਣ ਅੱਗੇ ਕੀ ਕਰਦੇ ਨੇ ਇਹ ਜ਼ਰੂਰ ਦੇਖਣਾ ਹੋਵੇਗਾ। ਕੀ ਕਹੋਗੇ ਤੁਸੀਂ ਇਸ ਪੂਰੀ ਘਟਨਾ ਬਾਰੇ, ਆਪਣੇ ਵਿਚਾਰ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ। ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਦੇ ਲਈ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਵਾਇਸ ਆਫ ਪੰਜਾਬ ਟੀਵੀ।